कोरोना वायरस ਦੇ ਵੱਧ ਰਹੇ ਖਤਰੇ ਨੂੰ ਦੇਖਦੇ ਹੋਏ ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੇ ਵਿੱਚ ਕਰਫਿਊ ਲਗਾਇਆ ਗਿਆ ਹੈ, ਉੱਥੇ ਦੱਸਣਯੋਗ ਹੈ ਕਿ ਬਿਨਾਂ ਪਾਸ ਤੋਂ ਕਿਸੇ ਨੂੰ ਵੀ ਬਾਹਰ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ। ਲੋਕਾਂ ਨੂੰ ਲਗਾਤਾਰ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ। ਬਠਿੰਡਾ ਦੀ ਸਬਜ਼ੀ ਮੰਡੀ ਦੇ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਪੁਲਿਸ ਨੇ ਬਿਨਾਂ ਪਾਸ ਤੋਂ ਸਬਜ਼ੀ ਵੇਚਣ ਲਈ ਬਾਜ਼ਾਰ ਵਿੱਚ ਆਉਣ ਵਾਲੇ ਰਾਹਗੀਰਾਂ ਨੂੰ ਰੋਕ ਲਿਆ। ਪੁਲਿਸ ਦੇ ਰੋਕਣ ਤੇ ਮਲੇਰਕੋਟਲਾ ਤੋਂ ਇੱਕ ਵਪਾਰੀ ਅਤੇ ਇੱਕ ਪੁਲਿਸ ਮੁਲਾਜ਼ਮ ਦੇ ਵਿੱਚ ਤੂਤੂ ਮੈਮੈ ਸ਼ੁਰੂ ਹੋ ਗਈ, ਜਿਸ ਤੋਂ ਬਾਅਦ ਪੁਲਿਸ ਨੇ ਦੋਵਾਂ ਨੂੰ ਹਿਰਾਸਤ ਦੇ ਵਿੱਚ ਲਿਆ। ਦੱਸਣਯੋਗ ਹੈ ਕਿ ਇਸ ਮੌਕੇ ਤੇ ਇੱਕ ਸਬਜ਼ੀ ਵਿਕਰੇਤਾ ਬੇਹੋਸ਼ ਹੋ ਗਿਆ, ਜਿਸ ਨੂੰ ਕਿ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਸਬਜ਼ੀ ਮੰਡੀ ਦੇ ਵਿੱਚ ਮੌਜੂਦ ਏਜੰਟਾਂ ਅਤੇ ਆੜਤੀਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਨਾਲ ਪੁਲਿਸ ਦੇ ਵੱਲੋਂ ਧੱਕਾ ਕੀਤਾ ਜਾਂਦਾ ਹੈ। ਹਾਂਜੀ, ਪਤਾ ਨਹੀਂ ਕੀ ਕਹਿਣਾ ਚਾਹੁੰਦੇ ਅੱਜ ਜਿਹੜਾ ਤੁਹਾਡੇ ਬੰਦੇ ਨੂੰ ਮਾੜਾ ਮੋਟਾ ਕੋਈ ਟੈਕ ਦੀ ਸ਼ਿਕਾਇਤ ਆਈ ਹੈ, ਕੀ ਹੈ? ਉਹ ਅੱਜ ਤੋਂ ਮਹੀਨਾ ਪਹਿਲਾਂ ਮੈਂ ਸਟੰਟ ਪਵਾਇਆ ਸੀਗਾ। ਬੰਦੇ ਨੇ ਕੋਈ ਦੁਕਾਨ ਤੇ ਵਪਾਰੀ ਆਇਆ ਸੀਗਾ, ਵਪਾਰੀ ਕੋਲ ਪਾਸ ਨਹੀਂ ਸੀ। ਪੁਲਿਸ ਵਾਲੇ ਪੁੱਛਿਆ ਵੀ ਪਾਸ ਰਖਾ, ਉਹ ਪਾਸ ਨਹੀਂ ਹੈ ਤੇ ਉਹ ਵਪਾਰੀ ਸੁਦਲ ਵਪਾਰੀ ਕੋਲ ਪਾਸ ਤਾਂ ਹੁੰਦਾ ਹੀ ਨਹੀਂ ਹੈ। ਤੇ ਇਸ ਗੱਲ ਪੁਲਿਸ ਪ੍ਰਸ਼ਾਸਨ ਨੂੰ ਗਲਤੀ ਲੱਗੀ। ਨਹੀਂ ਕੋਈ ਗਾਹਕ ਹੈ, ਇੱਕ ਮਿੰਟ ਗਾਹਕ ਹੈ, ਉਹਨਾਂ ਦੇ ਗਾਹਕ ਹੈ ਪਰ ਸੀਗਾ ਵਪਾਰੀ, ਉਹਨੂੰ ਫੜ ਕੇ ਉੱਥੇ ਲੈ ਗਏ। ਉਹਦੇ ਸਟੰਟ ਪਿਆ ਸੀ, ਉਹ ਇਸ ਗੱਲ ਬੇਇੱਜ਼ਤੀ ਆੜਤੀ ਆਪਣੀ ਬੇਇੱਜ਼ਤੀ ਚਾਹੁੰਦਾ ਆਇਆ, ਉਹਨੂੰ ਫਿਰ ਅਟੈਕ ਹੋ ਗਿਆ ਦੁਬਾਰਾ, ਉਹਨੂੰ ਅਸੀਂ ਹਸਪਤਾਲ ਲੈ ਗਏ। ਫੜ ਕੇ ਇਹਨੂੰ ਗਏ ਆੜਤੀ ਨੂੰ ਕਿ ਸੰਦੀਪ ਆੜਤੀ ਪਹਿਲਾਂ ਆੜਤੀ ਸਾਡਾ ਹੈਗਾ ਲਾਇਸੈਂਸ ਸੀ, ਉਹਨੂੰ ਫੜ ਕੇ ਲੈ ਗਏ ਸੀ। ਉਹਦੀਆਂ ਬਾਹਾਂ ਮਰੋੜ ਕੇ ਉਹਨੂੰ ਲੱਗ ਗਏ ਤੇ ਉਹ ਇਸ ਗੱਲ ਦੀ ਬੇਇੱਜ਼ਤੀ ਕਰਦਾ ਹੋਇਆ ਅੱਛਾ ਦੌਰਾ ਪੈ ਗਿਆ। ਮਾੜਾ ਮੋਟਾ ਦੇਖੋ ਅਸੀਂ ਸਟੰਟ ਪਾ ਕੇ ਆਇਆ ਸੀਗਾ ਤੇ ਹੁਣ ਅਸੀਂ ਐਮਰਜੈਂਸੀ ਲੈ ਕੇ ਡਾਕਟਰ ਤੁਸੀਂ ਆਪਦੇ ਘਰ ਦੇ ਉੱਥੇ। ਦੱਸਣਯੋਗ ਹੈ ਕਿ ਇਸ ਸੰਬੰਧ ਦੇ ਵਿੱਚ SHO ਕੋਤਾਬੀ ਦੇ ਵੱਲੋਂ ਵੀ ਆਪਣਾ ਸਪਸ਼ਟੀਕਰਨ ਦਿੱਤਾ ਗਿਆ ਹੈ। ਬੰਦੇ ਨੂੰ ਅੱਜ ਤੁਸੀਂ ਇੱਕ ਦੋ ਬੰਦੇ ਅਰੈਸਟ ਕੀਤੇ ਹੈ? ਨਹੀਂ, ਅਰੈਸਟ ਨਹੀਂ ਕੀਤੇ, ਉਹੀ ਬੰਦੇ ਆ ਬਿਨਾਂ ਪਾਸ ਤੋਂ ਉਹਦੀ ਸਬਜ਼ੀ ਵੇਚੀ ਜਾਂਦੇ ਆ, ਕੋਈ ਅਲਾਉਡ ਨਹੀਂ ਗਾ ਜਿਹੜਾ। ਫਿਰ ਉਹੀ ਗੱਲ ਆ ਜਾਂਦੀ ਵੀ ਜਿਹੜੀਆਂ ਸਰਕਾਰ ਦੀਆਂ ਹਦਾਇਤਾਂ ਜਾਂ ਜਿਹੜੀ ਬਿਮਾਰੀ ਚੱਲ ਰਹੀ ਹੈ ਉਹਨੂੰ ਇਹ ਲੋਕ ਕੁਝ ਨਹੀਂ ਸਮਝ ਰਹੇ। ਬਠਿੰਡਾ ਬਚਿਆ ਹੋਇਆ ਪਰ ਇਹ ਲੋਕ ਜੇ ਇਸ ਤਰ੍ਹਾਂ ਕਰਨਗੇ। ਹੁਣ ਕੋਈ ਇੱਕ ਬੰਦਾ ਮਲੇਰਕੋਟਲੇ ਤੋਂ ਆਇਆ ਹੋਇਆ, ਉਹਦੇ ਕੋਲੇ ਬੈਠਾ, ਹੁਣ ਮਲੇਰਕੋਟਲੇ ਤੋਂ ਆ ਕੇ ਇੱਥੇ ਵੇਚੀ ਜਾਂਦਾ ਕਾ, ਉਹਦਾ ਕੋਈ ਮੈਡੀਕਲ ਨਹੀਂ ਹੋਇਆ, ਕੁਛ ਨਹੀਂ ਹੋਇਆ, ਕੀ ਕਰੂਗਾ? ਉਹਦੇ ਕੋਲ ਪਾਸ ਸੀਗਾ ਕਿ ਨਹੀਂ ਸੀਗਾ? ਨਹੀਂ ਸੀਗਾ ਜੀ। ਤੇ ਉਹ ਫਿਰ ਆੜਤੀ ਨੂੰ ਜਿਹੜੇ ਨੂੰ ਮਾੜਾ ਜਿਹੜਾ ਆੜਤੀ ਆ ਉਹਦੇ ਕੋਲੇ ਪਾਸ ਸੀਗਾ, ਜਿਹੜਾ ਉਹਦੇ ਕੋਲ ਜ਼ਿਮੀਂਦਾਰ ਆਇਆ ਉਹਦੇ ਕੋਲੇ ਪਾਸ ਨਹੀਂ ਸੀਗਾ। ਇੱਕ ਆੜਤੀਆ ਬਹਿ ਜਾਂਦਾ, ਇੱਕ ਉਹਦਾ ਮੁਨੀਮ ਬਹਿ ਜਾਂਦਾ, ਇੱਕ ਜ਼ਿਮੀਂਦਾਰ ਬਹਿ ਜਾਂਦਾ, ਇੱਕ ਪੱਲੇਦਾਰ ਬਹਿ ਜਾਂਦਾ ਤੇ ਤਿੰਨ ਬੰਦੇ ਲੋੜਦਾ, ਇੱਕ ਫੜ ਤੇ 10 ਬੰਦੇ ਹੁੰਦੇ। ਮੰਡੀ ਬੋਰਡ ਨੂੰ ਇਹ ਚਾਹੀਦਾ ਕਿ ਵੀ ਜ਼ਿਮੀਂਦਾਰ ਨੂੰ ਪਾਸ ਦੇਣੇ ਚਾਹੀਦੇ ਕਿ ਨਹੀਂ ਦੇਣੇ ਚਾਹੀਦੇ? ਨਹੀਂ, ਇਹ ਤਾਂ ਮੰਡੀ ਬੋਰਡਾਂ ਦਾ ਕੰਮ ਹੈ, ਕਿਵੇਂ ਉਹਨਾਂ ਨੇ ਕਰਨਾ ਇਹਨੂੰ ਇਹ ਤਾਂ ਉਹਨਾਂ ਦਾ ਕੰਮ ਹੈ। ਇਹਦੇ ਬਾਰੇ ਤਾਂ ਉਹ ਵੀ ਦੱਸ ਸਕਦੇ, ਮੈਂ ਨਹੀਂ ਦੱਸ ਸਕਦਾ। ਮੈਂ ਤਾਂ ਰਾਸ਼ ਨੂੰ ਦੇਖਣਾ ਹੈ ਰਾਸ਼ ਕਿਉਂ ਇੰਨਾ ਹੋ ਰਿਹਾ। ਇੱਕ ਆੜਤੀ ਕੋਲੇ 10-10 ਬੰਦੇ ਬੈਠੇ, ਇੱਕ ਫੜ ਵਾਲੇ ਕੋਲੇ 10-10 ਬੰਦੇ, ਔਰ ਉਹ ਬੰਦਾ ਮਲੇਰਕੋਟਲੇ ਤੋਂ ਆਇਆ। ਤੁਸੀਂ ਕੀ ਕਹੋਗੇ ਉਹਨੂੰ? ਉਹਦਾ ਕੋਈ ਮੈਡੀਕਲ ਨਹੀਂ ਹੋਇਆ। ਬਠਿੰਡਾ ਤੋਂ ਅਵਤਾਰ ਸਿੰਘ ਕੈਂਥ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ TV NRI।